ਜੇ ਗਰਮੀ ਨੇ ਕੀਤਾ ਤੁਹਾਡਾ ਬੁਰਾ ਹਾਲ ਤੇ ਆਜੋ ਹੱਸੋ ਸਾਡੇ ਨਾਲ ਹੱਸੋ ਹਸਾਓ ਗਰਮੀ ਭਜਾਓ ਮੈਂ ਹਿਮਾਂਸ਼ੂ ਤੇ ਮੈਂ ਦਵਿੰਦਰ ਮੰਡ ਦੈਨਿਕ ਸਵੇਰਾ ਟੀਵੀ ਤੁਸੀਂ ਦੇਖਦੇ ਪਿਓ ਮੰਡ ਸਾਹਿਬ ਮੈਨੂੰ ਗੱਲ ਦੱਸੋ ਹਾਂਜੀ ਅੱਜ ਤੁਸੀਂ ਸੜਕ ਤੇ ਮੈਂ ਜਦੋਂ ਤੁਸੀਂ ਆਫਿਸ ਆ ਰਹੇ ਸੀ ਮੈਂ ਤੁਹਾਨੂੰ ਦੇਖਿਆ ਹਾਂ ਤੁਸੀਂ ਬਾਈਕ ਤੇ ਸਟੰਟ ਮਾਰਦੇ ਹੋ ਕਿਉਂ ਆ ਰਹੇ ਸੀ ਚਲੋ ਜੀ ਇਹਨਾਂ ਨੂੰ ਭੁਲੇਖਾ ਪੈ ਗਿਆ ਭਾਜੀ ਬਾਈਕ ਤੇ ਸਟੰਟ ਨਹੀਂ ਸੀ ਮਾਰਦਾ ਪਿਆ ਗਰਮੀ ਇੰਨੀ ਲੱਗਦੀ ਮੈਂ ਤਾਂ ਉੱਠ ਕੇ ਆਇਆ ਹਾਂਜੀ ਕਵਾਂ ਇੰਨੀ ਗਰਮੀ ਚ ਸਟੰਟ ਅੱਛਾ ਗਰਮੀ ਬੜੀ ਪੈ ਰਹੀ ਹੈ ਬਿਲਕੁਲ ਇਸ ਮੌਕੇ ਤੇ ਕੁਝ ਅਰਜ਼ ਹੈ ਜੀ ਕੁਛ ਤੇ ਪੜੀ ਲਿਖੀ ਹੋਵੇਗੀ ਇਹ ਗਰਮੀ ਵਾਹ 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 ਕੁਛ ਤੇ ਪੜੀ ਲਿਖੀ ਹੋਵੇਗੀ ਇਹ ਗਰਮੀ ਨਹੀਂ ਤੇ ਇੰਨੀਆਂ ਡਿਗਰੀਆਂ ਲੈ ਕੇ ਕੌਣ ਗਾਉਂਦਾ ਵਾਹ ਕੀ ਬਾਤ ਹੈ ਕੀ ਬਾਤ ਹੈ ਅੱਛਾ ਬਾਹਰ ਗਰਮੀ ਭਾਜੀ ਇੰਨੀ ਜ਼ਿਆਦਾ ਨਾ ਇੰਨੀ ਜ਼ਿਆਦਾ ਅੱਛਾ ਲੋਕਾਂ ਨੇ ਆਪਣੇ ਹਨਾ ਚੁੱਲ੍ਹੇ ਚੌਂਕੇ ਚੱਕ ਕੇ ਸਾਈਡ ਤੇ ਰੱਖ ਦਿੱਤੇ ਹੁਣ ਨਵੀਂ ਟੈਕਨੀਕ ਆ ਗਈ ਆ ਕਿਸੇ ਨੇ ਵੀ ਕੁਝ ਬਣਾਉਣਾ ਹੋਵੇ 10 ਮਿੰਟ ਆਪਣਾ ਸਕੂਟਰ ਐਕਟੀਵਾ ਬਾਹਰ ਖੜੇ ਕਰਦੇ ਧੁੱਪੇ ਉਸ ਤੋਂ ਬਾਅਦ ਉਹਦੇ ਉੱਪਰ ਆਮਲੇਟ ਬਣਾ ਲਓ ਸਬਜ਼ੀ ਬਣਾ ਲਓ ਕੁਝ ਵੀ ਬਣਾ ਲਓ ਇੰਨੀ ਗਰਮੀ ਪੈ ਰਹੀ ਹੈ ਜਿਹੜਾ ਤੂੰ ਮੈਨੂੰ ਸੈਂਡਵਿਚ ਖਵਾਇਆ ਆਂਦੇ ਹੀ ਉੱਥੇ ਬਣਿਆ ਸੀ ਅੱਛਾ ਗਰਮੀ ਇੰਨੀ ਪੈ ਰਹੀ ਹੈ ਨਾ ਇੰਨੀ ਗਰਮੀ ਪੈ ਰਹੀ ਹੈ ਪਾਣੀ ਵਾਲੀ ਟੈਂਕੀ ਇੰਨਾ ਗਰਮ ਪਾਣੀ ਅਗਰ ਉਸ ਪਾਣੀ ਦੇ ਵਿੱਚ ਤੁਸੀਂ ਚਾਹ ਪੱਤੀ ਦੁੱਧ ਤੇ ਖੰਡ ਪਾ ਦਿਓ ਟੂਟੀ ਚੋਂ ਚਾਹ ਬਣ ਕੇ ਬਾਹਰ ਆਏਗੀ ਕੀ ਬਾਤ ਹੈ ਮੈਨੂੰ ਲੱਗਦਾ ਗਰਮੀ ਦੇ ਫਾਇਦੇ ਬੜੇ ਨੇ ਕੀ ਅੱਛਾ ਇੱਕ ਦੇਖੋ ਸਭ ਤੋਂ ਵੱਡਾ ਫਾਇਦਾ ਹਾਂ ਠੰਡ ਨਹੀਂ ਲੱਗਦੀ ਅੱਛਾ ਸਿਆਣਿਆਂ ਨੇ ਕਿਹਾ ਆ ਕਿ ਠੰਡ ਤੇ ਬੇਇੱਜ਼ਤੀ ਜਿੰਨੀ ਮੰਨੋ ਉਨੀ ਲੱਗਦੀ ਪਰ ਮੈਂ ਸਿਆਣਿਆਂ ਨੂੰ ਇੱਥੇ ਗਲਤ ਕਹੂੰਗਾ ਅੱਜ ਕੱਲ ਕੀ ਆ ਗਰਮੀ ਤੇ ਬੇਇੱਜ਼ਤੀ ਜਿੰਨੀ ਮੰਨੋ ਉਨੀ ਲੱਗਦੀ ਪਈ ਆ ਪਹਿਲੀ ਗੱਲ ਬੇਇੱਜ਼ਤੀ ਅਸੀਂ ਮੰਨੀ ਦੇ ਨਹੀਂ ਗਰਮੀ ਸਾਨੂੰ ਕੀ ਕਰ ਲੂਗੀ ਫਿਰ ਉੱਥੇ ਜਾ ਕੇ ਜਦੋਂ ਆਪਣੀ ਤਸ਼ਰੀਫ ਰੱਖਣੀ ਪੈਂਦੀ ਹੈ ਫਿਰ ਪਤਾ ਲੱਗਦਾ ਪੇੜ ਲਾਣੇ ਕਿਉਂ ਜ਼ਰੂਰੀ ਬਿਲਕੁਲ ਬਿਲਕੁਲ ਖੈਰ ਚੱਲੀਏ ਹੁਣ ਜੀ ਗਰਮੀ ਬਹੁਤ ਹੈ ਬਿਲਕੁਲ ਸਾਡੀਆਂ ਗੱਲਾਂ ਦੀ ਗਰਮੀ ਵੀ ਬਹੁਤ ਹੋ ਗਈ ਹੈ ਤੇ ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ ਹੋਰ ਤੜਕ ਤੇ ਫੜਕ ਦੇ ਮੁੱਦਿਆਂ ਦੇ ਨਾਲ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ